ਤੁਸੀਂ ਜਿਹੜੀ ਗੱਲ ਸੁਣੀ ਆ ਵਾਇਰਲੈਸ ਕੈਮਰੇ ਕਿ ਜਿਹੜੀ ਇੰਟਰਨੈਟ ਦੀ ਸੁਵਿਧਾ ਦੇ ਨਾਲ ਇੱਥੋਂ 3 ਕਿਲੋਮੀਟਰ ਦੂਰ ਇਹਨਾਂ ਦੇ ਘਰੇ ਕੈਮਰੇ ਚੱਲ ਰਹੇ ਨੇ ਇਹ ਬਹੁਤ ਹੀ ਹੈਰਾਨਗੀ ਵਾਲੀ ਗੱਲ ਤੇ ਉਹ ਮੋਟਰ ਦੇ ਆਪਣਾ ਸਿਸਟਮ ਇਹ ਹੈਗਾ ਕਿ ਜਦੋਂ ਉਹ ਵਾਈਫਾਈ ਤਾਂ ਆਪਣਾ ਇੱਥੇ ਪਹੁੰਚ ਹੀ ਗਿਆ ਹੈਗਾ ਉਹ ਵਾਇਰਲੈਸ ਦੇ ਥਰੂ ਉਹਨਾਂ ਨਾਲ ਅਟੈਚ ਹੋ ਜਾਂਦਾ ਹੈ ਉਹਨਾਂ ਦੇ ਫੋਨ ਦੇ ਉੱਤੇ ਹੀ ਆਪਣੀ ਮੋਟਰ ਚਲਾ ਸਕਦੇ ਨੇ ਘਰ ਬੈਠੇ ਜਿੱਦਾਂ ਕਿ ਰਾਤ ਨੂੰ ਸਿਆਲਾਂ ਵਿੱਚ ਬਹੁਤ ਔਖਾ ਹੁੰਦਾ ਸੀਗਾ ਆਉਣ ਦਾ ਹੁਣ ਸਿਰਫ ਆਪਣੇ ਘਰੇ ਆਪਣੇ ਫੋਨ ਦੇ ਉੱਤੇ ਉਹਨੂੰ ਓਕੇ ਕਰਨ ਉਹਨਾਂ ਦੀ ਇਹਨਾਂ ਨੂੰ ਬਕਾਇਦਾ ਜਦੋਂ ਮਤਲਬ ਲਾਈਟ ਗਈ ਹੋਈ ਆ ਉਹਦਾ ਮੈਸੇਜ ਵੀ ਆਏਗਾ ਜਦੋਂ ਲਾਈਟ ਆ ਗਈ ਆ ਉਸ ਤੋਂ ਬਾਅਦ ਵੀ ਆਪਣੀ ਮੋਟਰ ਉੱਥੇ ਹੀ ਔਨ ਕਰ ਸਕਦੇ ਨੇ ਜਿਹੜੇ ਇਹਨਾਂ ਦੇ ਮੋਟਰ ਦੇ ਕੈਮਰੇ ਹੈਗੇ ਨੇ ਉਹ ਇਹਨਾਂ ਦੇ ਘਰ ਦੇ ਵਿੱਚ ਚੱਲਦੇ ਪਏ ਨੇ ਮੋਟਰ ਦੇ ਚੱਲਦੇ ਪਏ ਆ ਘਰੇ ਚੱਲਦੇ ਨੇ ਬਿਨਾਂ ਤਾਰ ਤੋਂ ਬਿਨਾਂ ਦੇ ਦੇ ਦੋ ਵਾਇਰਲੈਸ ਸਿਸਟਮ ਸਾਰਾ ਕੁਝ ਚੱਲਦਾ ਪਿਆ ਇਹਨਾਂ ਦਾ ਜਿੱਦਾਂ ਕਿ ਸਮੱਸਿਆ ਰਹਿੰਦੀ ਸੀ ਅੱਗੇ ਮੋਟਰਾਂ ਦੇ ਹਾਂ ਵੀ ਰਾਤ ਨੂੰ ਬੱਤੀ ਆਉਣੀ ਆ ਕਿ ਆਪਾਂ ਨੂੰ ਸੱਚ ਜਿਹੜਾ ਆ ਕੇ ਬੰਦ ਕਰਨਾ ਪੈਂਦਾ ਸੀ ਚਾਲੂ ਕਰਨਾ ਪੈਂਦਾ ਸੀ ਪਰ ਹੁਣ ਇੱਦਾਂ ਨਹੀਂ ਇੱਕ ਭਾਜੀ ਨੇ ਹੋਰ ਜਿਹੜੀ ਹੈਗੀ ਸੁਵਿਧਾ ਹੈਗੀ ਉਹ ਦੱਸੀ ਆਪਾਂ ਨੂੰ ਕਿ ਜਿਹੜੀ ਆਪਾਂ ਘਰ ਬੈਠੇ ਮੋਟਰ ਨੂੰ ਹੈਗੀ ਆਪਣੇ ਨੂੰ ਆਨ ਆਫ ਕਰ ਸਕਦੇ ਹਾਂ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰੇ ਜਣੇ ਤੁਸੀਂ ਵੇਖ ਰਹੇ ਹੋ ਪ੍ਰੀਤ ਮੌੜੀ ਵਾਲਾ ਯੂਟਿਊਬ ਚੈਨਲ ਅਤੇ ਅੱਜ ਅਸੀਂ ਆ ਚੁੱਕੇ ਹਾਂ ਫਗਵਾੜਾ ਦੇ ਨੇੜਲੇ ਪਿੰਡ ਉੱਚਾ ਪਿੰਡ ਵਿਖੇ ਜਿੱਥੇ ਕਿ ਵਿੱਕੀ ਸੰਧੂ ਭਾਜੀ ਹੋਣਾਂ ਦੀ ਮੋਟਰ ਦੇ ਉੱਤੇ ਕੁਝ ਇਹੋ ਜਿਹੇ CCTV ਕੈਮਰੇ ਲੱਗੇ ਹੋਏ ਨੇ ਜਿਹੜੇ ਕਿ ਨਾ ਹੀ ਤੁਸੀਂ ਕਦੇ ਸੁਣੇ ਹੋਣੇ ਆ ਅਤੇ ਨਾ ਹੀ ਕਦੇ ਵੇਖੇ ਹੋਣੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਕਿੱਦਾਂ ਜੀ ਵਧੀਆ ਭਾਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੇਰੇ ਕਹਿਣ 'ਤੇ ਆਉਣ ਦੇ ਅਤੇ ਆਪਣੇ ਇੱਥੇ ਉੱਚੇ ਪਿੰਡ ਦੇ ਵਿੱਚ ਭਾਜੀ ਆਪਣਾ ਸੈਟਅਪ ਲੱਗਾ ਹੋਇਆ ਸੀਗਾ ਅਤੇ ਆਪਣੇ ਸੈਟਅਪ ਜਿਹੜਾ ਨਵੇਂ ਤਰੀਕੇ ਨਾਲ ਲਗਾਇਆ ਹੈਗਾ ਆ ਇਹਦੇ ਟੈਂਡਾਂ ਦੀ ਡਿਵਾਈਸ ਇੱਥੇ ਇੰਟਰਨੈਟ ਦੀ ਸੁਵਿਧਾ ਹੈ ਨਹੀਂ ਸੀਗੀ ਆਪਣੇ ਅਤੇ ਹੁਣ ਇੱਥੇ ਆਪਣਾ ਕੀ ਸਿਸਟਮ ਹੈਗਾ ਕਿ ਆਪਣਾ ਡਿਵਾਈਸ ਆਉਂਦੀ ਟੈਂਡਾਂ ਦੀ ਉਹ ਆਪਣੀ ਇੱਕ 5 ਕਿਲੋਮੀਟਰ ਦੀ ਹੁੰਦੀ ਆ ਅਤੇ 5 ਕਿਲੋਮੀਟਰ ਤੋਂ 10 ਕਿਲੋਮੀਟਰ ਇੱਥੇ ਤਕਰੀਬਨ 3 ਕਿਲੋਮੀਟਰ ਦੇ ਉੱਤੇ ਇਹ ਆਪਣਾ ਇੰਟਰਨੈਟ ਇਹਨਾਂ ਦੇ ਘਰ ਲੱਗਾ ਹੋਇਆ ਆ ਇਹਨਾਂ ਦਾ ਘਰ ਇੱਥੋਂ 3 ਕਿਲੋਮੀਟਰ 'ਤੇ ਹੈਗਾ ਆ ਅਤੇ ਉਹ ਆਪਾਂ ਇੱਥੇ ਉਹਦਾ ਇੰਟਰਨੈਟ ਆਪਾਂ ਇੱਥੇ ਅਸੈਸ ਕਰ ਲਿਆ ਇਹਨਾਂ 'ਚ ਕੀ ਸਿਸਟਮ ਹੈ ਕਿ ਇੰਟਰਨੈਟ ਤਾਂ ਚਲੋ ਆ ਹੀ ਆਇਆ ਹੈਗਾ ਆ ਜਿਹੜੇ ਇਹਨਾਂ ਦੇ ਮੋਟਰ ਦੇ ਕੈਮਰੇ ਹੈਗੇ ਨੇ ਉਹ ਇਹਨਾਂ ਦੇ ਘਰ ਦੇ ਵਿੱਚ ਚੱਲਦੇ ਪਏ ਨੇ ਮੋਟਰ ਦੇ ਚੱਲਦੇ ਪਏ ਆ ਘਰੇ ਚੱਲਦੇ ਨੇ ਬਿਨਾਂ ਤਾਰ ਤੋਂ ਬਿਨਾਂ ਦੇ ਦੋ ਵਾਇਰਲੈਸ ਸਿਸਟਮ ਸਾਰਾ ਕੁਝ ਚੱਲਦਾ ਪਿਆ ਇਹਨਾਂ ਦਾ ਉਹਦੇ ਵਿੱਚ ਇੰਟਰਨੈਟ ਇਹਨਾਂ ਦਾ ਜਿਹੜਾ ਹੈਗਾ ਯੂਜ਼ ਹੋ ਰਿਹਾ ਸਾਰਾ ਸਿਸਟਮ ਇੱਥੇ ਇੰਟਰਨੈਟ ਦੇ ਇਹਨੇ ਆਪਣੇ ਇੱਥੇ ਲਾਭ ਲੈ ਹੀ ਰਹੇ ਨੇ ਘਰ ਦੇ ਵਿੱਚ ਜਿਹੜੇ ਆ ਸਾਰਾ ਸੈਟਅਪ ਇਹਨਾਂ ਦੇ ਘਰ 'ਚ ਜਾ ਚੁੱਕਾ ਆ ਉਹ 'ਚ ਕੀ ਸਿਸਟਮ ਹੈਗਾ ਕਿ ਇਹਨਾਂ ਦੇ ਜਿਹੜੇ ਕੈਮਰੇ ਵੀ ਲਗਾਏ ਹੋਏ ਨੇ ਇੱਥੇ ਕੋਈ ਆਉਂਦਾ ਹੈਗਾ ਆ ਤਾਂ ਇਹਨਾਂ ਨੂੰ ਬਕਾਇਦਾ ਮੈਸੇਜ ਆ ਜਾਂਦਾ ਹੈਗਾ ਜਿਵੇਂ ਕੋਈ ਵੀ ਇੱਥੇ ਇਹਨਾਂ ਦੇ ਬਗੈਰ ਹਾਜ਼ਰੀ ਦੇ ਵਿੱਚ ਕੋਈ ਆਉਂਦਾ ਹੈ ਨਾ ਇਹਨਾਂ ਨੂੰ ਮੈਸੇਜ ਪਹੁੰਚ ਜਾਂਦਾ ਪਹਿਲਾਂ ਠੀਕ ਆ ਅਤੇ ਆਹ ਤੁਸੀਂ ਜਿਹੜੀ ਗੱਲ ਸੁਣੀ ਆ ਵਾਇਰਲੈਸ ਕੈਮਰੇ ਕਿ ਜਿਹੜੀ ਇੰਟਰਨੈਟ ਦੀ ਸੁਵਿਧਾ ਦੇ ਨਾਲ ਇੱਥੋਂ 3 ਕਿਲੋਮੀਟਰ ਦੂਰ ਇਹਨਾਂ ਦੇ ਘਰੇ ਕੈਮਰੇ ਚੱਲ ਰਹੇ ਨੇ ਇਹ ਬਹੁਤ ਹੀ ਹੈਰਾਨਗੀ ਵਾਲੀ ਗੱਲ ਆ ਕਿ ਇਹ ਮੇਰੇ ਖਿਆਲ ਨਾਲ ਪਹਿਲੀ ਵਾਰ ਹੈ ਨਾ ਹੋਇਆ ਇਹ ਸਿਸਟਮ ਜਿਹੜਾ ਹੋਇਆ ਆ ਭਾਜੀ ਉਹ ਤਾਂ ਹੈ ਟੈਕਨੋਲੋਜੀ ਜਿਹੜੀ ਹੈਗੀ ਆ ਹਾਂਜੀ ਹਾਂਜੀ ਉਹ ਤਾਂ ਹੋਇਆ ਤਾਂ ਹੈ ਹੀ ਆ ਹਾਂਜੀ ਇੱਕ ਚੀਜ਼ ਹੋਰ ਹੈ ਇਹਨਾਂ ਦੇ ਜਿੱਦਾਂ ਮਤਲਬ ਇੱਥੇ ਆਪਣਾ ਮੋਟਰ ਜਿੱਦਾਂ ਹੁਣ ਆਪਾਂ ਰਾਤ ਨੂੰ 2 ਵਜੇ 3 ਵਜੇ ਲਾਈਟ ਆਉਂਦੀ ਹੈਗੀ ਆ ਮੋਟਰ ਦੇ ਉੱਤੇ ਤਾਂ ਇਹਦੇ ਵਿੱਚ ਇੱਕ ਹੋਰ ਚੀਜ਼ ਆਈ ਹੈਗੀ ਆ ਇੱਕ ਆਟੋਮੇਸ਼ਨ ਦਾ ਆਪਣਾ ਪਲੱਗ ਆਉਂਦਾ ਹੈਗਾ ਜਿੱਦਾਂ ਮਤਲਬ ਆਪਣੀ ਜਿਹੜੀ ਮੋਟਰ ਆ ਹਾਂਜੀ ਤੁਸੀਂ ਘਰ ਦੇ ਵਿੱਚ ਸੁੱਤੇ ਪਏ ਹੈਗੇ ਆ ਤਕਰੀਬਨ ਆਪਣੀ ਮੋਟਰ 3 ਕਿਲੋਮੀਟਰ 4 ਕਿਲੋਮੀਟਰ ਦੇ ਆਪਣੇ ਹਰੇਕ ਜਿਹਦੇ ਵੀ ਆਪਣੇ ਭਾਈਚਾਰੇ ਹੈਗੇ ਨੇ ਇਹਨਾਂ ਦੀ ਮੋਟਰ ਆਪਣੇ ਚਲਾਉਂਦੇ ਨੇ ਆਪਣੇ ਠੀਕ ਆ ਅਤੇ ਉਹ ਮੋਟਰ ਦੇ ਆਪਣਾ ਸਿਸਟਮ ਇਹ ਹੈਗਾ ਕਿ ਜਦੋਂ ਉਹ ਵਾਈਫਾਈ ਤਾਂ ਆਪਣਾ ਇੱਥੇ ਪਹੁੰਚ ਹੀ ਗਿਆ ਹੈਗਾ ਉਹ ਵਾਇਰਲੈਸ ਦੇ ਥਰੂ ਉਹਨਾਂ ਨਾਲ ਅਟੈਚ ਹੋ ਜਾਂਦਾ ਹੈ ਉਹਨਾਂ ਦੇ ਫੋਨ ਦੇ ਉੱਤੇ ਹੀ ਆਪਣੀ ਮੋਟਰ ਚਲਾ ਸਕਦੇ ਨੇ ਘਰ ਬੈਠੇ ਜਿੱਦਾਂ ਕਿ ਰਾਤ ਨੂੰ ਸਿਆਲਾਂ ਵਿੱਚ ਬਹੁਤ ਔਖਾ ਹੁੰਦਾ ਸੀਗਾ ਆਉਣ ਦਾ ਹੁਣ ਸਿਰਫ ਆਪਣੇ ਘਰੇ ਆਪਣੇ ਫੋਨ ਦੇ ਉੱਤੇ ਉਹਨੂੰ ਓਕੇ ਕਰਨ ਉਹਨਾਂ ਦੀ ਇਹਨਾਂ ਨੂੰ ਬਕਾਇਦਾ ਜਦੋਂ ਮਤਲਬ ਲਾਈਟ ਗਈ ਹੋਈ ਆ ਉਹਦਾ ਮੈਸੇਜ ਵੀ ਆਏਗਾ ਜਦੋਂ ਲਾਈਟ ਆ ਗਈ ਆ ਉਸ ਤੋਂ ਬਾਅਦ ਵੀ ਆਪਣੀ ਮੋਟਰ ਉੱਥੇ ਹੀ ਔਨ ਕਰ ਸਕਦੇ ਨੇ ਇਹ ਮੈਂ ਕਹਿੰਦਾ ਪੂਰੇ ਫਾਇਦੇ ਹੀ ਆ ਭਾਈ ਸਾਰਾ ਕੁਝ ਹਾਂਜੀ ਜਿੱਦਾਂ ਕਿ ਸਮੱਸਿਆ ਰਹਿੰਦੀ ਸੀ ਅੱਗੇ ਮੋਟਰਾਂ ਦੇ ਹਾਂ ਵੀ ਰਾਤ ਨੂੰ ਬੱਤੀ ਆਉਣੀ ਆ ਕਿ ਆਪਾਂ ਨੂੰ ਸੱਚ ਜਿਹੜਾ ਆ ਕੇ ਬੰਦ ਕਰਨਾ ਪੈਂਦਾ ਸੀ ਚਾਲੂ ਕਰਨਾ ਪੈਂਦਾ ਸੀ ਪਰ ਹੁਣ ਇੱਦਾਂ ਨਹੀਂ ਇੱਕ ਭਾਜੀ ਨੇ ਹੋਰ ਜਿਹੜੀ ਹੈਗੀ ਸੁਵਿਧਾ ਹੈਗੀ ਉਹ ਦੱਸੀ ਆਪਾਂ ਨੂੰ ਕਿ ਜਿਹੜੀ ਆਪਾਂ ਘਰ ਬੈਠੇ ਮੋਟਰ ਨੂੰ ਹੈਗੀ ਆਪਣੇ ਨੂੰ ਆਨ ਆਫ ਕਰ ਸਕਦੇ ਹਾਂ ਤੇ ਇਹ ਆਟੋਮੇਸ਼ਨ ਦਾ ਭਾਜੀ ਜਿਹੜਾ ਇਹ ਨਾ ਸਿਸਟਮ ਜਿਹੜਾ ਹੈਗਾ ਨਾ ਆਟੋਮੇਸ਼ਨ ਕਹਿੰਦੇ ਆ ਕਿਉਂਕਿ ਇਹਨੂੰ ਵਾਈਫਾਈ ਨਾਲ ਆਪਣਾ ਅਟੈਚ ਕਰਨਾ ਕਿਉਂਕਿ ਆਲਰੇਡੀ ਮੋਟਰ ਤੇ ਵਾਈਫਾਈ ਆਪਣਾ ਪਹੁੰਚ ਚੁੱਕਾ ਕਿਉਂਕਿ ਹਰੇਕ ਹੀ ਜਿੰਨੇ ਵੀ ਆਪਣੇ ਬੰਦੇ ਹੈਗੇ ਕਿਉਂਕਿ ਮੋਟਰ ਨਹੀਂ ਪਹੁੰਚਦੀ ਹੈਗੀ ਆਪਣੇ ਮੋਟਰ ਦੇ ਜਿੱਥੇ ਵੀ ਹੈਗਾ ਉੱਥੇ ਇੰਟਰਨੈਟ ਨਹੀਂ ਪਹੁੰਚਦਾ ਆਪਣਾ ਇਹ ਆਪਣਾ ਇੱਕ ਨਵਾਂ ਸਿਸਟਮ ਆਇਆ ਹੈਗਾ ਆ ਸੈਟਅਪ ਇਹਨਾਂ ਦਾ ਕਾਮਯਾਬ ਰਿਹਾ ਹੈਗਾ ਆ ਉਹਦੇ ਨਾਲ ਕੀ ਹੈਗਾ ਕਿ ਸਾਰਾ ਸਿਸਟਮ ਜਿਹੜਾ ਹੈਗਾ ਇਹਨਾਂ ਦਾ ਓਕੇ ਰਿਪੋਰਟ ਆ ਮੈਂ ਤੁਹਾਨੂੰ ਹੁਣ LCD ਤੇ ਵੀ ਦਿਖਾਉਂਦਾ ਇਹਨਾਂ ਸਿਸਟਮ ਚੱਲਦਾ ਅਤੇ ਉਹ ਤੁਸੀਂ ਆਪਣਾ ਦੇਖ ਕੇ ਤੁਸੀਂ ਆਪ ਵੀ ਤੁਹਾਨੂੰ ਪਤਾ ਲੱਗ ਜਾਏਗਾ ਸਾਰਾ ਸਿਸਟਮ ਦਾ ਅਤੇ ਆਹ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਕਿਉਂਕਿ ਇਸ ਵੀਡੀਓ ਦੇ ਨਾਲ ਤੁਹਾਡੇ ਫਾਇਦੇ ਹੋਣ ਲੱਗੇ ਆ ਕਿ ਜ਼ਿਆਦਾਤਰ ਸਮੱਸਿਆ ਰਹਿੰਦੀ ਸੀ ਖੂਹਾਂ ਦੇ ਉੱਤੇ ਕਿ ਹਾਂ ਵੀ ਮੋਟਰਾਂ ਦੇ ਉੱਤੇ ਤਾਰਾਂ ਚੋਰੀ ਹੋ ਗਈਆਂ
ਜਾਂ ਕੋਈ ਵੀ ਇਦਾਂ ਰਾਤ ਨੂੰ ਖੂਹਾਂ ਦੇ ਉੱਤੇ ਕੋਈ ਵੀ ਘੱਟ ਵੱਧੇ ਹੁੰਦੇ ਆ ਬੰਦੇ, ਕੈਮਰੇ ਭਾਜੀ ਉਹੀ ਲਗਵਾਓ ਜਿਹੜੇ ਵੀ ਕੈਮਰੇ ਹੈਗੇ ਨਾ, ਜਦੋਂ ਮਤਲਬ ਉਹ ਤੁਸੀਂ ਓਪਨ ਕਰਦੇ ਆ ਉਦੋਂ ਹੀ ਦੇਖੋ ਉਹ ਨਹੀਂ। ਹਾਂਜੀ, ਜਦੋਂ ਤੁਹਾਨੂੰ ਫੋਨ ਦੇ ਉੱਤੇ ਪਹਿਲਾਂ ਬੰਦਾ ਕੋਈ ਆ ਗਿਆ ਹੈਗਾ ਤਾਂ ਤੁਹਾਨੂੰ ਪਹਿਲਾਂ ਮੈਸੇਜ ਪਹੁੰਚ ਜਾਵੇ, ਮੈਸੇਜ ਵੀ ਪਹੁੰਚ ਜਾਂਦਾ ਜਿਹੜਾ, ਮੈਸੇਜ ਪਹੁੰਚ ਜਾਂਦਾ ਹੈਗਾ ਉਹਦੇ ਨਾਲ ਕੀ ਹੁੰਦਾ ਹੈਗਾ ਕਿ ਜਦੋਂ ਮਤਲਬ ਰਾਤ ਨੂੰ ਕੋਈ ਬੰਦਾ ਆਇਆ ਹੈਗਾ ਤੁਹਾਡੇ ਫੋਨ ਤੇ ਪਹਿਲਾਂ ਮੈਸੇਜ ਆ ਜਾਏਗਾ ਕਿ ਫਲਾਣਾ, ਤੁਸੀਂ ਉੱਥੇ ਬੈਠ ਕੇ ਹੀ ਬੰਦੇ ਨਾਲ ਗੱਲ ਕਰ ਸਕਦੇ। ਠੀਕ ਹੈ, ਕਿ ਮਤਲਬ ਇਹ ਨਹੀਂ ਹੈਗਾ ਕਿ ਤੁਹਾਨੂੰ ਆਉਂਦੀ ਲੋੜ, ਫੋਨ ਦੇ ਆਪਣਾ ਉਹ ਕੈਮਰੇ ਦੇ ਥਰੂ ਹੀ ਗੱਲ ਕਰੋ ਬੰਦੇ ਦੇ ਨਾਲ, ਕੈਮਰੇ ਥਰੂ ਨਾ। ਹਾਂ ਠੀਕ ਹੈ, ਇਹ ਚੀਜ਼ ਹੈ ਕਿਉਂਕਿ ਭਾਜੀ ਐਕਚੁਅਲੀ ਕੀ ਗੱਲ ਆ ਜਿਹੜਾ ਆਪਣਾ ਨਾ ਕਈ ਵੀ ਆਪਣੇ ਫੋਨ ਬੰਦ ਫੋਨ ਦੇ ਥਰੂ ਆਪਾਂ ਜਦੋਂ ਓਪਨ ਕਰਦੇ ਹਾਂ ਉਦੋਂ ਹੀ ਕੈਮਰੇ ਹੁੰਦਾ ਸੀਗਾ, ਪਤਾ ਲੱਗਦਾ ਸੀਗਾ ਕਿ ਨਹੀਂ ਦੂਜਾ, ਹੁਣ ਕੀ ਹੈਗਾ ਹੁਣ ਤਾਂ ਐਡਵਾਂਸ ਹੋ ਗਿਆ ਕੰਮ, ਹੁਣ ਤੁਹਾਨੂੰ ਫੋਨ ਤੇ ਬਕਾਇਦਾ ਮੈਸੇਜ ਆਉਂਦਾ ਹੈਗਾ। ਠੀਕ ਹੈ, ਇਹ ਚੀਜ਼ ਹੋ ਗਈ। ਤੇ ਆਹ ਭਾਜੀ ਹੁਣ ਵੀਡੀਓ ਆਪਾਂ ਜਿਹੜੀ ਚਲਾ ਰਹੇ ਆ ਇਹਦੇ ਉੱਤੇ ਤੁਹਾਨੂੰ ਆਫਰ ਵੀ ਲਾਉਣੀ ਪੈਣੀ ਆ। ਆਫਰ ਭਾਜੀ ਇਹ ਦੇਖੋ ਆਫਰ ਤੁਹਾਨੂੰ ਮੈਂ ਜਿਹੜੀ ਹੈਗੀ ਆ ਜਿਹੜੇ ਹੁਣ ਆਟੋਮੇਸ਼ਨ ਦੇ ਕੈਮਰੇ ਹੈਗੇ 5MP ਦੇ ਵਿੱਚ ਤੁਹਾਨੂੰ ਦੇ ਰਿਹਾ ਹੈਗਾ, ਕਿਉਂਕਿ ਇਹਦੇ ਵਿੱਚ ਕੀ ਹੈ PTZ ਕੈਮਰੇ ਆ ਜਾਂਦੇ ਹੈਗੇ ਨੇ, ਮੁੰਡੇ ਜਿਹੜੇ ਹੈਗੇ ਨੇ ਕੈਮਰੇ ਬਹੁਤ ਮਹਿੰਗੇ ਲਾ ਰਹੇ ਨੇ ਜਿਹੜੇ ਅੱਗੇ ਐਡਵਾਂਸ, ਸਾਡੇ ਕੋਲ ਜਿਹੜਾ ਹੋਲਸੇਲ ਦਾ ਕੰਮ ਹੈਗਾ ਜਿਹੜਾ ਇਹ ਵੀ ਵਾਲਾ ਜਿਹੜਾ ਕੈਮਰਾ ਹੈਗਾ ਸਾਨੂੰ 3800 ਦੇ ਵਿੱਚ ਅਸੀਂ ਦੇ ਰਹੇ ਹਾਂ, ਜਿਹੜਾ 5500 ਦਾ ਕੈਮਰਾ ਤੁਹਾਨੂੰ 3800 ਦੇ ਰਹੇ ਹਾਂ। ਠੀਕ ਹੈ, ਇਹ ਚੀਜ਼ ਆ ਤੇ ਆਫਰਾਂ ਹਾਲੇ ਹੋਰ ਲੱਗਣੀਆਂ ਨੇ, ਤੇ ਵੀ ਵੀਡੀਓ ਦੇ ਵਿੱਚ ਬਣੇ ਰਹੋ। ਤੇ ਹੁਣ ਤੁਸੀਂ ਭਾਜੀ ਦੀ ਇਹ ਗੱਲ ਤਾਂ ਸੁਣੇ ਲਈ ਆ, 5500 ਦਾ ਕੈਮਰਾ ਸਿਰਫ ਤੇ ਸਿਰਫ 3800 ਰੁਪਏ ਵਿੱਚ ਮਿਲਣਾ ਜੇ ਤੁਸੀਂ ਵੀਡੀਓ ਨੂੰ ਲਾਈਕ ਕਰੋਗੇ ਸ਼ੇਅਰ ਕਰੋਗੇ। ਤੇ ਆਓ ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿੱਦਾਂ ਕਿੱਦਾਂ ਇਹਨਾਂ ਦਾ ਪ੍ਰੋਸੈਸ ਆ, ਕਿੱਦਾਂ ਚੱਲਦੇ ਨੇ ਇਹ ਤੇ ਇਹਨਾਂ ਦੀ ਕੁਆਲਿਟੀ, ਆਓ ਕਰਦੇ ਹਾਂ ਚੈੱਕ। ਤੇ ਭਾਈ ਜਿਹੜਾ ਹੁਣ ਸਿਸਟਮ ਲੱਗਾ ਹੋਇਆ ਆ ਇਹ ਕਿੱਦਾਂ ਕਿੱਦਾਂ ਸਪਲਾਈ ਦਿੱਤੀ ਹੈ ਭਾਈ ਕੈਮਰਿਆਂ ਨੂੰ ਇਹ ਵੀ ਦੱਸ ਦਿਓ ਸਾਨੂੰ। ਇਹ ਭਾਜੀ ਟੈਂਡਾ, ਇਹਨੂੰ ਨਾ ਟੈਂਡਾ ਰਾਊਟਰ ਕਿਹਾ ਜਾਂਦਾ, ਇਹਨੂੰ P2P ਕਿਹਾ ਜਾਂਦਾ ਹੈਗਾ ਆ। ਅਤੇ ਇਹਦਾ ਆਪਣਾ ਜਿੱਦਾਂ ਮਤਲਬ ਇਹਦਾ ਫੰਕਸ਼ਨ ਹੈ, ਜਿੱਦਾਂ ਮਤਲਬ ਇੱਥੇ ਆਪਣਾ ਲਗਾ ਕੇ ਨਾ ਇਹਨੂੰ ਟੀਨਾ ਦੇ ਉੱਤੇ ਲਗਾ ਕੇ ਇਹਦੇ ਇਹਨਾਂ ਤੁਸੀਂ ਬੈਕ ਸਾਈਡ ਦੇਖੋਗੇ ਉਹ ਗੁਰਦੁਆਰਾ ਸਾਹਿਬ, ਬੈਕ ਗੁਰਦੁਆਰਾ ਦੀ ਬੈਕ ਸਾਈਡ ਹੈ ਨਾ ਇਹਨਾਂ ਦਾ ਘਰ। ਠੀਕ ਹੈ, ਇਹ ਸੇਮ ਹੀ ਇੱਕ ਉਹਨਾਂ ਦੇ ਉੱਥੇ ਲੱਗਾ ਹੋਇਆ ਆ, ਇਹ ਦੋਨਾਂ ਨੂੰ ਆਪਸ ਦੇ ਵਿੱਚ ਦੋਨੇ ਮੈਚ ਹੋ ਕੇ ਫਿਰ ਇਹ ਆਪਣਾ ਜਿਹੜਾ ਹੈਗਾ ਵਿਊ ਦੇ ਰਿਹਾ ਹੈਗਾ ਆ, ਅਤੇ ਇਹ ਉਹ ਉੱਥੋਂ ਸਿੱਧਾ ਇੰਟਰਨੈਟ ਇੱਥੇ ਆ ਜਾਂਦਾ ਹੈਗਾ। ਕਿੰਨਾ ਕਿਰਦਾਰ ਹੈਗਾ ਇਹਦਾ? ਇਹਦਾ ਡਾਰ ਤਕਰੀਬਨ 5 ਕਿਲੋਮੀਟਰ ਤੱਕ ਹੈਗਾ। ਹਾਂਜੀ, ਇਹ ਤੋਂ ਵੱਧ 10 ਕਿਲੋਮੀਟਰ ਦਾ ਵੀ ਆਉਂਦਾ ਹੈਗਾ ਆ, ਉਹ ਫਿਰ TP-Link ਦੇ ਵਿੱਚ ਵੀ ਆਉਂਦਾ, ਇਹਦੇ ਵਿੱਚ ਵੀ ਆਉਂਦਾ ਹੈ, ਦੋਨੇ ਚੀਜ਼ਾਂ ਦਾ ਆਉਂਦਾ ਹੈਗਾ, ਵਧੀਆ ਦੋਨੇ ਹੀ ਕੰਪਨੀਆਂ ਦੇ। ਹਾਂਜੀ, ਇਹਦੇ ਵਿੱਚ ਇੱਦਾਂ ਹੈਗਾ ਕਿ ਹੁਣ ਇੰਟਰਨੈਟ ਦੀ ਜਿਹੜੀ ਹੈਗੀ ਸੁਵਿਧਾ ਉਹ ਤੁਸੀਂ ਦੇਖ ਹੀ ਲਈ ਆ, ਇੰਟਰਨੈਟ ਦੀ ਸਪੀਡ ਵੀ ਦੇਖ ਲਈ ਹੈ। ਹਾਂਜੀ ਹਾਂਜੀ, ਇਹ 5G ਦੀ ਆਉਂਦੀ ਹੈਗੀ ਆ। ਠੀਕ ਹੈ, ਹਾਂਜੀ, ਹੁਣ ਦੇਖੀਏ ਫਿਰ ਅੰਦਰ ਆਪਾਂ। ਹਾਂਜੀ ਹਾਂਜੀ, ਆਜੋ ਆ ਲੱਗੇ ਹੋਏ ਆ, ਆਜੋ ਆ। ਸਾਰਾ ਪ੍ਰੋਸੈਸ ਜਿਹੜਾ ਸਮਝ ਤਾਂ ਲਿਆ ਆ, ਤੇ ਹੁਣ ਜੇ ਤੁਸੀਂ ਵੀ ਇਹ ਕੈਮਰਿਆਂ ਨੂੰ ਆਪਣੇ ਘਰਾਂ, ਆਪਣੇ ਫਾਰਮਾਂ ਜਾਂ ਖੂਹਾਂ ਮੋਟਰਾਂ ਦੇ ਉੱਤੇ ਲਵਾਉਣਾ ਚਾਹੁੰਦੇ ਹੋ, ਉਹ ਕੀ ਪ੍ਰਾਈਜ਼ ਰਹਿਣ ਵਾਲਾ ਆ, ਕਿੱਦਾਂ ਕਿੱਦਾਂ ਪ੍ਰੋਸੈਸ ਦੱਸੋ ਭਾਈ। ਭਾਜੀ ਇੱਦਾਂ ਕਿ ਆਪਣੇ ਜਿਹੜੇ ਕੈਮਰੇ ਹੈਗੇ ਨੇ ਉਹ ਮੈਂ ਤੁਹਾਨੂੰ ਆਪਣਾ ਸ਼ੋਪ 'ਤੇ ਤੁਹਾਨੂੰ ਕੱਲੀ ਕੱਲੀ ਚੀਜ਼ ਸਮਝਾ, ਉਦੋਂ ਵੀ ਦੱਸਿਆ ਸੀਗਾ ਆਪਣਾ ਸਾਰਾ ਸਿਸਟਮ, ਹੁਣ ਵੀ ਆਪਣਾ ਜਿਹੜਾ ਹੈਗਾ ਤੁਹਾਨੂੰ ਹੁਣ ਨਵੇਂ ਮੇਰੇ ਕੋਲ ਸਿਸਟਮ ਆਇਆ ਹੈਗਾ ਆ, ਉਹ ਵੀ ਜਲਦੀ ਤੁਹਾਨੂੰ ਮੈਂ ਵੀਡੀਓ ਜਿਹੜੀ ਹੈਗੀ ਆਪਾਂ ਤੁਹਾਨੂੰ ਬੁਲਾ ਕੇ ਨਾ ਵੀਡੀਓ ਤੁਹਾਨੂੰ ਕਰਵਾਵਾਂਗੇ। ਅਤੇ ਹੁਣ ਨਵਾਂ ਸਿਸਟਮ ਬਹੁਤ ਵਧੀਆ ਆ ਚੁੱਕਾ ਆ, ਅਤੇ ਅਪਡੇਟ ਕਿਉਂਕਿ ਹੁਣ ਮੇਰੇ ਕੋਲ ਜਿਹੜੇ ਹੈਗੇ ਨੇ ਆਪਣਾ ਹਿਡਨ ਕੈਮਰੇ ਕਾਫੀ ਆ ਚੁੱਕੇ ਨੇ, ਉਹ ਵੀ ਤੁਹਾਨੂੰ ਸਿਸਟਮ ਲੱਗਾ ਹੋਇਆ ਆ, ਇਹਦਾ ਕੀ ਰੇਟ ਰਹਿਣ ਵਾਲਾ ਕੈਮਰਿਆਂ ਦਾ ਉਹ ਵੀ ਦੱਸੋ। ਇਹਨਾਂ ਦੇ ਵਿੱਚ ਭਾਅ ਜੀ ਇੱਦਾਂ ਹੈਗਾ ਕਿ ਜਿਹੜੇ ਇਹ ਵਾਲੇ ਕੈਮਰੇ ਜਿਹੜੇ ਆਟੋਮੇਸ਼ਨ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਆਪਣਾ ਤਕਰੀਬਨ ਜਿਹੜੇ ਕੈਮਰੇ ਆ ਜਿਹੜੇ ਸਸਤੇ ਦੇ ਵਿੱਚ ਹੈਗੇ 3MP ਦੇ ਵਿੱਚ ਜਿਹੜੇ ਆ ਜਾਂਦੇ ਨੇ ਉਹ ਤਕਰੀਬਨ 2500 ਰੁਪਏ ਦਾ ਕੈਮਰਾ ਹੁੰਦਾ, ਅਤੇ ਜਿਹੜੇ ਇਹ ਵਾਲੇ ਹੈਗੇ ਨੇ ਮਤਲਬ ਆਪਣੇ ਇੱਕ 3800 ਰੁਪਏ ਦੇ ਵਿੱਚ ਆਉਂਦਾ ਆ, 5200 ਰੁਪਏ ਦੇ ਵਿੱਚ ਵੀ ਆਉਂਦਾ ਹੈਗਾ ਕੈਮਰਾ, ਉਹ ਅਲੱਗ ਅਲੱਗ ਇਹਨਾਂ ਦੀਆਂ ਆਪਣੀਆਂ ਵਰਾਇਟੀਆਂ ਹੋਈਆਂ। ਜੇ ਕਿਸੇ ਨੇ 4 ਕੈਮਰਿਆਂ ਦਾ ਕੋਈ ਵੀ ਜਿੱਦਾਂ ਸਿਸਟਮ ਪੂਰਾ ਲਵਾਉਣਾ ਹੋਵੇ ਉਹਦਾ ਕੀ ਪ੍ਰਾਈਜ਼ ਹੈ? ਇਹਦੇ ਵਿੱਚ ਭਾਅ ਜੀ ਇੱਦਾਂ ਹੁੰਦਾ ਕਿ ਜਿਹੜੇ 4 ਕੈਮਰੇ ਤੁਸੀਂ ਲਗਾਉਣੇ ਆ ਨਾ, ਇਹਦੇ ਵਿੱਚ ਕਈ ਵੇਲੇ ਘਰ ਦੇ ਵਿੱਚ ਤਾਂ ਵਿਹੜਾ ਹੁੰਦਾ ਆ, ਵਿਹੜੇ ਦੇ ਵਿੱਚ ਆਪਣਾ ਐਂਟਰੀ ਹੁੰਦਾ ਆ, ਕਿਉਂਕਿ ਫਿਰ ਜਦੋਂ ਆਪਣਾ ਇੱਕ ਕੈਮਰਾ ਆਪਾਂ ਲਗਵਾ ਕੇ 3 ਕੈਮਰੇ ਜਿਹੜੇ ਹੈਗੇ ਨੇ ਆਪਣੇ ਨੋਰਮਲ ਜਿਹੜੇ ਆਪਣੇ ਲੱਗਦੇ ਹੈਗੇ ਨੇ 5MP 'ਚ ਉਹ ਤੁਸੀਂ ਲਗਵਾ ਸਕਦੇ ਹੋ, ਉਹਦੇ ਵਿੱਚ ਇੱਦਾਂ ਹੁੰਦਾ ਕਿ ਤਕਰੀਬਨ ਤੁਹਾਡਾ ਆਪਣਾ ਖਰਚਾ ਜਿਹੜਾ ਆਉਂਦਾ ਹੈਗਾ ਉਹ 4 ਕੈਮਰੇ ਪਾ ਕੇ ਤਕਰੀਬਨ 27-28 ਹਜ਼ਾਰ ਦਾ ਖਰਚਾ ਆਉਂਦਾ ਹੈਗਾ ਉਹ ਸਾਰਾ ਸਿਸਟਮ ਪਾ ਕੇ। ਫਗਵਾੜੇ ਦੇ ਭਾਜੀ ਕਿੰਨੇ ਕੁ ਨੇੜੇ ਏਰੀਏ ਤੱਕ ਕੀ ਪ੍ਰੋਸੈਸ ਹੈਗਾ ਭਾਜੀ, ਕਿੰਨੇ ਕੁ ਏਰੀਆ ਹੈਗਾ? ਇਹਦੇ ਵਿੱਚ ਵੀ ਫਗਵਾੜੇ ਆਪਣਾ ਏਰੀਆ ਦੇ ਵਿੱਚ
जिदा मतलब अपने जिन्हें भी अपने फ्लोर हो गया अपना इधर हो गया सिस्टम अपने अंडर च ही सारा आता है जिन्हें भी वीडियो देख रहे फायदा आप सारे का करवा फायदा तो भाई इदा ही है देखो जी मैं विद फिटिंग भी दे रहा ना बिच हाँ जी हाँ जी फिटिंग भी सारा कुछ बिच ही दे रहा है क्योंकि जेडे अपना आटोमे जे अपने कैमरे है अपना जो नाइट विजन के कैमरे है वो कैमरे जोड़े है देखो वो होंगे ने कॉस्टली होंगे ने क्योंकि साड़ा होलसेल च काम है इस करके तुम मैं दस रहा कि जो कैमरे जो अपने लगाने भी है ना वो अपना जिदा मतलब नोटिफिकेशन वाले है वो एक अलग हो जाते हैं तभी एक कैमरा कह रहे हैं क्योंकि वह कैमरे महंगे ने ठीक है तो तकरीबन ता जे चार कैमरे लाते हैं वो तो वह 26-27 हज़ार के सारा सैटअप लग जाता है सारा सिस्टम रेट भी हम चैक कर ही लिया भाजी ने दस दिता है जो हम तुम लगाना चाहते हो भाजी संपर्क करना चाहते हो भाजी का नंबर आप डिस्क्रिप्शन भी दे देना है थले हाईलाइट भी कर देना भाजी एक बार नंबर दस दौ अपना मेरा नंबर है 8907218000 तो भाई का तुम नंबर भी हम जिदा कि नोट कर लेना है तो भाई ने तुम डायरैक्ट कॉल भी कर सकते हो या वट्सअप के उपर कोई भी अपना मैसेज छड सकते हो तो हूँ जे तुम ये फायदे लेने चाहते हो हिडन CCTV शॉप फगवाड़ा के उत्ते विजिट भी कर सकते हो भाई शॉप का एड्रैस भी दस दौ भाजी शॉप का एड्रैस भी दस दौ अपना भाई शॉप माल टाउन के सिंह सभा गुरुद्वारे के कोल अपना शॉप नंबर 19 है तो तुम कितने भी अपना अपना जी स्कूल की मार्केट हैगी खालसा स्कूल की उत्थे आके किसी भी पुछ सकते हैं भूई की शॉप मेरे बिल्कुल नाल पेंगे क्योंकि भूई की शॉप साढ़े बहुत मशहूर है इतने नाल ही बिल्कुल शॉप अपनी सिंह सभा गुरद्वारा फगवाड़े नेड़े तेड़े किसी भी शॉप में पुछ सकते हो भाई की शॉप का थानू एड्रैस मिल जूगा तो यह सी साड़ी अज की वीडियो कहो जी लगी लाइक कमेंट शेयर करके जरूर दस्यो तो हुण मिलदे आ थानू अगली वीडियो में।